ਮੈਂ ਥੋੜ੍ਹੀ ਜਿਹੀ ਆਮੀ ਗੱਲ ਹੀ ਕਰਦਾ ਵੀ ਚੇਤਾ ਉਹ ਵੀ ਲਾਉਣਾ ਹੁਣ ਉਹਨੂੰ ਆਪਾਂ ਥੋੜ੍ਹਾ ਜਿਹਾ ਫੋਰਸਲੀ ਲਿਜਾਣਾ ਪੈਣਾ ਵੈਸੇ ਤਾਂ ਕਰਦਾ ਕੁਛ ਨਹੀਂ ਇੱਥੇ ਤੋਂ ਮਗਰ ਮੂਹਰੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਅੱਜ ਮਹਿਰਾਜ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਮੈਨੂੰ ਲੱਗਦਾ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਕਹਿ ਸਕਦੇ ਹਾਂ ਨਾ ਤੇ ਸਾਡੇ ਜਿਹੜੇ ਐਕਸ ਸੀਐਮ ਕੈਪਟਨ ਅਮਰਿੰਦਰ ਸਿੰਘ ਦਾ ਵੀ ਇਹ ਜਨਮ ਭੂਮੀ ਵੀ ਉਹਦਾ ਪਿੰਡ ਵੀ ਆ ਇਹ ਤੇ ਅੱਜ ਅਸੀਂ ਇੱਥੇ ਖੜੇ ਹਾਂ ਪੰਜਾਬ ਦੇ ਵਿੱਚ ਚਿੱਟੇ ਨੇ ਜੋ ਬਰਬਾਦੀ ਕੀਤੀ ਹੈ ਛੇਵਾਂ ਦਰਿਆ ਚਿੱਟੇ ਦਾ ਵਗਦਾ ਉਹ ਤੁਸੀਂ ਸਾਰੇ ਜਾਣਦੇ ਆ ਭਲੀ ਭਾਤ ਅਸੀਂ ਚਿੱਟੇ ਵਾਲਿਆਂ ਨੂੰ ਸੰਭਾਲਦੇ ਨਹੀਂ ਅਸੀਂ ਰੱਖਦੇ ਨਹੀਂ ਚਿੱਟੇ ਵਾਲਿਆਂ ਨੂੰ ਅਸੀਂ ਇਲਾਜ ਨਹੀਂ ਕਰਾਉਂਦੇ ਇਹ ਵੀ ਤੁਹਾਨੂੰ ਪਤਾ ਅਸੀਂ ਸਿਰਫ ਲਵਾਰਸ ਲੋਕਾਂ ਨੂੰ ਚੱਕਦੇ ਹਾਂ ਅੱਜ ਅਸੀਂ ਇੱਥੇ ਪਹੁੰਚੇ ਹਾਂ ਇੱਕ ਇਨਸਾਨ ਜਿਹੜਾ ਚਿੱਟਾ ਵੇਚਦਾ ਵੀ ਸੀਗਾ ਚਿੱਟਾ ਪੀਂਦਾ ਵੀ ਸੀਗਾ ਉਹਦੇ ਹਾਲਾਤ ਦਿਖਾਉਣੇ ਆ ਤੁਹਾਨੂੰ ਵੀ ਚਿੱਟਾ ਵੇਚਣ ਵਾਲਿਆਂ ਨੂੰ ਬੇਨਤੀ ਆ ਆਪਦੀ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਜਿਹੜਾ ਚਿੱਟਾ ਪੀਂਦਾ ਉਹ ਤਾਂ ਆਪਦੀ ਜ਼ਿੰਦਗੀ ਖਰਾਬ ਕਰਦਾ ਤੇ ਆਪਣੇ ਘਰ ਦੀ ਖਰਾਬ ਕਰਦਾ ਜਿਹੜਾ ਚਿੱਟਾ ਵੇਚਦਾ ਇਲਾਕੇ ਦੇ ਪਤਾ ਨਹੀਂ ਕਿੰਨੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਖਰਾਬ ਕਰ ਦਿੰਦਾ ਤੇ ਹੁੰਦੀ ਉਹਦੇ ਨਾਲ ਵੀ ਉਹੀ ਅਖੀਰ ਕੋਈ ਚਿੱਟਾ ਵੇਚਣ ਵਾਲਾ ਬੰਦਾ ਹੈ ਨਹੀਂ ਕੋਈ ਰਾਜਾ ਬਣਿਆ ਫਿਰਦਾ ਹੋਊ ਕੁਝ ਸਮੇਂ ਲਈ ਹੋ ਸਕਦਾ ਉਹ ਥੋੜ੍ਹਾ ਐਸ਼ ਕਰ ਜਾਵੇ ਪਰ ਅਖੀਰ ਉਹਦਾ ਰਿਜ਼ਲਟ ਕਿੱਦਾਂ ਦਾ ਨਿਕਲਦਾ ਉਹ ਦਿਖਾਉਂਦੇ ਹਾਂ ਬਾਈ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਇੱਥੋਂ ਲੋਕਲ ਹੀ ਹੈ ਬਾਈ ਇੱਕ ਬੰਦ ਪਿਆ ਜੀ ਪੋਲਟਰੀ ਫਾਰਮ ਹੁੰਦਾ ਸੀ ਕਿਸੇ ਟਾਈਮ ਇਹ ਤੇ ਹੁਣ ਇਹ ਚਿੱਟੇ ਵਾਲਿਆਂ ਦਾ ਟਿਕਾਣਾ ਬਣਿਆ ਹੋਇਆ ਇੱਥੇ ਟੀਕੇ ਸਰਿੰਜਾਂ ਇਹਦੇ ਗਾਡਰ ਗੂਡਰ ਸਾਰੇ ਕੱਢ ਕੇ ਵੇਚਦੇ ਆ ਦੇਖੋ ਆ ਇੱਕ ਗਾਡਰ ਤੇ ਖੜਾ ਹਾਂ ਤੇ ਇੱਥੇ ਆ ਫਾਇਲ ਪੇਪਰ ਪਏ ਆ ਅੱਗ ਲੱਗੀ ਹੋਈ ਇੱਥੇ ਵੀ ਆ ਸਰਿੰਜ ਪਈ ਆ ਯਾਨੀ ਕਿ ਇਸ ਇੱਕ ਖੰਡਰਨੁਮਾ ਬਿਲਡਿੰਗ ਦੇ ਵਿੱਚ ਇੱਥੇ ਇੱਕ ਇਨਸਾਨ ਵੀ ਪਿਆ ਆ ਜਿਹੜਾ ਨਰਕ ਕੱਟ ਰਿਹਾ ਅੱਜ ਸਿਰਫ ਆਪਣੀ ਉਸ ਗਲਤੀ ਦੀ ਵਜ੍ਹਾ ਨਾਲ ਜਿਹੜੀ ਇਹਨੇ ਕੀਤੀ ਆ ਬਾਈ ਕੀ ਹਾਲ ਨੇ ਸਤਿ ਸ੍ਰੀ ਅਕਾਲ ਹੁਣ ਤਾਂ ਹਜੇ ਇਹ ਨੌਜਵਾਨ ਜਿਹੜੇ ਇਲਾਕੇ ਦੇ ਹੈਗੇ ਪੱਟੀ ਕਰਾ ਲਿਆ ਜ਼ਖਮ ਸਾਫ਼ ਕਰਾ ਲਿਆ ਇਹ ਪਹਿਲਾਂ ਤਾਂ ਇੱਥੇ ਖੜ ਨਹੀਂ ਹੁੰਦਾ ਸੀ ਵੀਰ ਦੱਸਦੇ ਸੀਗੇ ਮੁਸ਼ਕ ਬਹੁਤ ਮਾਰਦਾ ਸੀ ਬਾਂਹ ਇਹਦੀ ਗਲੀ ਹੋਈ ਆ ਸਾਰੀ ਕੀ ਨਾਮ ਬਾਈ ਤੇਰਾ ਹੈ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਠੀਕ ਆ ਬਾਈ ਕੀ ਕੰਮ ਕਰਦਾ ਸੀ ਪਹਿਲਾਂ ਫੋਟੋਗ੍ਰਾਫੀ ਕਰਦਾ ਖੇਤੀਬਾੜੀ ਕਰਦਾ ਜ਼ਿਮੀਂਦਾਰਾਂ ਠੀਕ ਆ ਹੈ ਜ਼ਮੀਨ ਬਹਿ ਗਈ ਸਾਰੀ ਇਹ ਕੌਣ ਆ ਬਾਈ ਬਹਿ ਜਾ ਵੀਰੇ ਇੱਥੇ ਬਹਿ ਜਾ ਤੂੰ ਬੇਟਾ ਇਹਨਾਂ ਦਾ ਬਹਿ ਜਾ ਵੀਰੇ ਕੋਲੇ ਬਹਿ ਜਾ ਬਾਪੂ ਦੇ ਕੋਈ ਨਾ ਆਪਣਾ ਤੇਰਾ ਕੀ ਨਾਮ ਵੀਰੇ ਜਸਪ੍ਰੀਤ ਠੀਕ ਆ ਜਸਪ੍ਰੀਤ ਕੀ ਹੋਇਆ ਬਾਪੂ ਨੂੰ ਦੇਖੋ ਬਾਈ ਦੇ ਨਾ ਬਾਹਾਂ ਦੇ ਉੱਤੇ ਟੈਟੂ ਬਣੇ ਹੋਏ ਆ ਜਿਵੇਂ ਅੱਜ ਕੱਲ੍ਹ ਲਾ ਲੈਂਦੇ ਆ ਟੈਟੂ ਬਣਾ ਲੈਂਦੇ ਆ ਮੁੰਡੇ ਤੇ ਇਹ ਵੀ ਸਿਰ ਕੱਢ ਬੰਦਾ ਸੀ ਬਲਜਿੰਦਰ ਸਿੰਘ ਛੋਟਾ ਨਾਂ ਕੀ ਹੈ ਬਲਜਿੰਦਰ ਰਾਜੂ ਕਹਿੰਦੇ ਮੋਟੂ ਕਹਿੰਦੇ ਮੋਟੂ ਤੇ ਅੱਜ ਪਤਲੂ ਹੋਇਆ ਬੈਠਾ ਮੋਟੂ ਵੀ ਸੁੱਕਿਆ ਪਿਆ ਵਾ ਚਿੱਟੇ ਨੇ ਉਂਗਲਾਂ ਦੇ ਨਹੁੰ ਦੇਖੋ ਕਿੱਡੇ ਕਿੱਡੇ ਹੋਏ ਪਏ ਜਿਵੇਂ ਕਿਤੇ ਕੱਟੇ ਹੀ ਨਾ ਹੋਣ ਜਿਹੜਾ ਕਿਸੇ ਟਾਈਮ ਲੋਕਾਂ ਦੀ ਸੂਰਤ ਲੋਕਾਂ ਦੀ ਸਾਵਟ ਸੂਰਤ ਨੂੰ ਤਸਵੀਰ ਦੇ ਵਿੱਚ ਉਤਾਰਦਾ ਸੀ ਲੋਕਾਂ ਦੇ ਸੁਹੱਪਣ ਨੂੰ ਇੱਕ ਪਿਕਚਰ ਦੇ ਵਿੱਚ ਕੈਦ ਕਰਨ ਵਾਲਾ ਇਨਸਾਨ ਅੱਜ ਖੁਦ ਆਪਣੇ ਆਪ ਚ ਕੈਦ ਹੋਇਆ ਬੈਠਾ ਰਾਜੂ ਵੀਰੇ ਅਸੀਂ ਤਾਂ ਆਏ ਹਾਂ ਇੱਥੇ ਦੇਖ ਤੈਨੂੰ ਵੀ ਪਤਾ ਤੇਰੀ ਹਾਲਤ ਕੀ ਆ ਹਨਾ ਤੇਰੇ ਮੁੰਡੇ ਨੂੰ ਵੀ ਪਤਾ ਤੈਨੂੰ ਸਰਕਾਰੀ ਉੱਥੇ ਲੈ ਗਏ ਸੀ ਹਨਾ ਸਿਵਲ ਚ ਚੱਕ ਕੇ ਹੁਣ ਤੈਨੂੰ ਵੀ ਪਤਾ ਉੱਥੇ ਕੀ ਹੋਣਾ ਸੀ ਹਨਾ ਅਸੀਂ ਤੇਰੀ ਵੀਰੇ ਮਦਦ ਸਿਰਫ ਇੰਨੀ ਕਰਨੀ ਆ ਸਾਨੂੰ ਸਿੱਧਾ ਪਰ ਸੱਚ ਦੱਸਣੀ ਆ ਗੱਲ ਜੋ ਵੀ ਅਸੀਂ ਪੁੱਛਾਂਗੇ ਤੈਨੀ ਵੀਡੀਓ ਬਣਾਉਣ ਦਾ ਪਾਉਣ ਦਾ ਸਾਡਾ ਮਕਸਦ ਇਹ ਆ ਵੀ ਤੇਰੇ ਵਰਗੇ ਹੋਰ ਬਹੁਤ ਨੇ ਜਿਹੜੇ ਬਚ ਜਾਣਗੇ ਸ਼ਾਇਦ ਤੈਨੂੰ ਦੇਖ ਕੇ ਕਿਸੇ ਨੂੰ ਸਿੱਖਿਆ ਮਿਲ ਜਾਵੇ ਸ਼ਾਇਦ ਕਿਸੇ ਮਾਂ ਦਾ ਪੁੱਤ ਬਚ ਜਾਵੇ ਅੱਜ ਨਸ਼ਾ ਕਰਨ ਤੋਂ ਹਨਾ ਸਤੂਲੀ ਜੀ ਲਿਆਈ ਚੱਕ ਕੇ ਬਹਿਣ ਨੂੰ ਪਰ ਰਾਜੂ ਤੇਰਾ ਕੀ ਜਸਪ੍ਰੀਤ ਦੋਨਾਂ ਨੇ ਤੁਸੀਂ ਵੀਰੇ ਸੱਚ ਦੱਸਣਾ ਹਨਾ ਦੇਖੋ ਤੁਹਾਡੀ ਜ਼ਮੀਨ ਵੀ ਵਿਕ ਗਈ ਘਰ ਬਾਰ ਵੀ ਵਿਕ ਗਿਆ ਹਰ ਇੱਕ ਚੀਜ਼ ਜਿਹੜੀ ਤੁਹਾਡੀ ਆਪਣੀ ਸੀ ਉਹ ਹੈ ਨਹੀਂ ਹੁਣ ਆਹ ਕਮਰਾ ਖੋਲਾ ਕਿਸੇ ਦਾ ਪਿਆ ਖਾਲੀ ਖੰਡਰ ਇਹਦੇ ਵਿੱਚ ਤੁਸੀਂ ਪਏ ਹੋ ਜਿਹੜੀਆਂ ਰਜਾਈਆਂ ਦਰੀਆਂ ਤੁਹਾਡੇ ਥੱਲੇ ਪਈਆਂ ਵੀ ਲੋਕਾਂ ਨੇ ਦਿੱਤੀਆਂ ਹੋਈਆਂ ਜਿਹੜੀ ਰੋਟੀ ਤੁਸੀਂ ਸਵੇਰੇ ਖਾਧੀ ਸੀ ਉਹ ਵੀ ਕਿਸੇ ਹੋਰ ਨੇ ਦਿੱਤੀ ਹੈ ਇਸ ਟਾਈਮ ਤਾਂ ਸਾਹ ਵੀ ਜਿਹੜੇ ਸਾਹ ਚੱਲਦੇ ਉਹ ਵੀ ਧਾਰੇ ਆ ਬਾਈ
पर मेरे वीर बेनती हुई है अज जी 5-7 मिनट की आप वीडियो जी अभी बना रहे हैं जी, इन जरूर ध्यान ना देखियो, गौर ना सुनियो, इस चीज पर अमल जरूर करो। ज्यादा लंबी वीडियो नहीं करनी क्योंकि असं धन्नवाद करते हैं इलाके के वीर का। यह वीर थोड़ा ना कि वीर मनवीर सिंह मन्ना वीर है ना, हाँ ये वीरा काका है ना वीरा, इन्होंने वीडियो बना के भेजी वीरे ने सानू कल दी, ते असी अज इत्थे पहुंचे हैं। इहदी वीर की बाली माड़ी हालत सी, रात फिर इन्होंने सिविल अस्पताल चक के दाखिल कराता सीगा, तां हुण फिर यह वापस इत्थे पिया वा कमरे च। तो इहदे वीर ने भी सोशल मीडिया से वीडियो शेयर की सी इन्हां दी वी, इत्थे बंद कमरे के विच इह पए ने प्यो पुत दोने, इत्थे आले दुआले दी किन्नियां खाली बिल्डिंगां पईआं जिन्हों के गाडर बाले सब कुछ नशेड़िया ने चक के इतों बेचता वा, पर फिर भी कितना कितने इंसान इंसान की दारू आ। इन्हां दी वीरां दी मदद लई लोग अगे आना चाहते हैं पर उन्हां कोले कोई हल नहीं है। हल की आ हुण देखो वीर सारे खड़े मदद करना चाहते की करनगे, इन्हां नूं आपदे घरे ले आके तो कोई रख नहीं सकता। इदां दी कोई दवाई बनी नहीं जिहड़ी जीभ थले रखण वाली गोली तो बिना, जिहड़ी खुद नशा वा भी जिहड़ा इन्हूं कोई बंदा दवाई दवा देवे। बांह गल गई है टीके लाउण करके जख्म हो गए किड्डे किड्डे, पूरी बांह दे विच कीड़े तक पै गए, बांह बढ़न वाली हो गई इहदी वीर दी। फिर सिर ते छत नहीं, जेब च कोई पैसा नहीं, बंदा जावे ते जावे किधर नूं। साडी बेनती है सरकार नूं, मुख्यमंत्री साहब नूं हथ जोड़ के भी पंजाब दे हालात किधर नूं जा रहे हैं, अज इहदा असीं एक वेरवा देना। हुण तक एक पीढ़ी खराब हो रही सी साडी, मुंडे नशे लग गए, नशा कर रहे हैं, बापू ने बेबे ने रल के ब्याहता मुंडा, उहदा गां उहदी भी जिंदगी खराब हो गई, कुड़ी दी भी गां, उहदे बच्चा हो गया। हजे पहली पीढ़ी तिकर ही सी गल, पर अज इह दूजी पीढ़ी ते पहुंच गई है गल। अज प्यो ते पुत जदों दोने कट्ठे नशा करन लग जाण उदों हालात होर बदतर हो जाए हो रहे पंजाब दे, ते अज हो रहे आ। पिछले 15-16 सालां दे विच जिहड़ा राजू किसे टाइम कहिंदा कहाउंदा फोटोग्राफर सी वीर, इहनूं मोटू कहिंदे सी लोक, ते अज उह बिल्कुल सुक्या पिया, चिट्टे दी भेट चढ़ गई। इहदी जमीन किन्नी जमीन सी वीरे? 2 किले जमीन ऐं चिट्टे च गई। घर वाली बच्चे किन्ने? घर भी बिक गया, दुकान ते समान कैमरे कूमरे। राजू अफसोस है तेनू? की सोचना हुण तू? मर भी नहीं हुंदा? बहुत बढ़िया घर सीगा जी, जिहड़ा घर सीगा इन्हां दा बहुत सोहणा सीगा भाई गुरप्रीत। इह आ वी इह थोड़ा जिहा माड़े कम्मां 'च पै गया, कैमरे कूमरे सी उह वधिया टॉपदे, जदों साडे कोले कैमरे वाली कोई दुकान है नहीं सीगी उदों इन्हां दी दुकान सीगी। जदों साडे कोले पिंड 'च कैमरे दी दुकान है नहीं सी उदों इन्हां दी दुकान चलदी, ते हुण इन्हां दे आ हालात होए पए आ। उहदा करके असीं कल बाईजीआं नूं बाई मन्ने नूं असीं कहा, फिर असीं पत्रकार बाई सद्दिया, फिर तुसी फोटो असीं सेंड करी सोनू वी, ऐ करके बाई जी आ सानूं दिक्कत है। ਕਿਹੜੇ ਪਾਸੇ ਪੈ ਗਿਆ ਸੀ ਇਹ? ਮੈਂ ਦੱਸਦਾ, ਇਹਦੇ ਜਿਹੜੇ ਪਿਤਾ ਜੀ ਸੀਗੇ ਨਾ, ਉਹਨੇ ਇਹਦੇ ਤੋਂ ਚੋਰੋਂ ਆ ਬੱਚਾ ਪਾਲਿਆ। ਅੱਛਾ, ਬਹੁਤ ਵਧੀਆ ਪਰਮੇਸ਼ਰ ਨੇ ਕੀਤੀ ਹੈ ਇਹਦੀ, ਜਿੰਨਾ ਚਿਰ ਉਹ ਜਾਉਂਦੇ ਰਹੇ। ਤੇ ਹੁਣ ਇਹ ਮਾੜੇ ਕੰਮ ਕਰਦਾ ਸੀ ਉਹਨੂੰ ਪਤਾ ਸੀਗਾ, ਪਹਿਲਾਂ ਜੇਲ੍ਹ ਵੀ ਰਿਹਾ ਕੁਛ ਚਿਰ। ਅੱਛਾ, ਇਹ ਪਾਲ ਕੇ ਸਾਡੀਆਂ ਅੱਖਾਂ ਸਾਹਮਣੇ ਸਾਨੂੰ ਇਹਦੇ ਬਾਪੂ ਆਦੇ ਟਾਈਮ ਪੁੱਤ ਲੈ ਜਾ ਕੇ ਸਕੂਲ ਪੜਾਉਂਦਾ ਰਿਹਾ ਬਾਈ, ਸਾਨੂੰ ਵੀ ਲੈ ਕੇ ਜਾਂਦਾ ਰਿਹਾ, ਉਹਨਾਂ ਦੇ ਮਾੜੇ ਕੰਮਾਂ 'ਚ ਪੈ ਗਿਆ। ਤੇ ਬਾਪ ਨੇ ਇਹਦੇ ਨੇ ਇਹਨੂੰ ਪਾਲਿਆ ਸੀ, ਨਿੱਕੇ ਜਿਹੇ ਮੇਰੀ ਮਾਂ ਇਹਦੀ ਮੰਮੀ ਦੀ ਡੈਥ ਹੋ ਗਈ ਸੀ ਉਦੋਂ, ਰਾਜੂ ਕਾਤੋਂ ਤੂੰ ਆਪਦੇ ਪੁੱਤ ਦੀ ਵੀ ਜ਼ਿੰਦਗੀ ਖਰਾਬ ਕਰੀ ਜਾਂਦਾ ਬਾਈ ਹੈ? ਉਹ ਰਾਜੂ ਦੇਖੋ ਕੀ ਹਾਲ ਹੋਇਆ, ਪਹਿਲੀਆਂ ਵੀ ਨਾੜਾਂ ਕਾਲੀਆਂ ਹੋਈ ਪਈਆਂ ਬਾਈ ਹੈ ਵੀ। ਅਰੇ ਜਸਪ੍ਰੀਤ ਤੈਨੂੰ ਬਹੁਤ ਅਫਸੋਸ ਨਹੀਂ ਹੁੰਦਾ? ਤੇਰੇ ਬਾਪੂ ਦੇ ਕਰਕੇ ਸਾਰੀ ਘਰ ਦੀ ਜ਼ਮੀਨ, ਘਰ ਵਿਕ ਗਿਆ, ਸਾਰਾ ਕੁਝ ਵਿਕ ਗਿਆ ਯਾਰ ਬਾਈ। ਹੁਣ ਤੂੰ ਵੀ ਉਸੇ ਰਾਹ ਤੇ ਤੁਰੀ ਜਾਂਦਾ ਯਾਰ, ਕਿਵੇਂ ਲੱਗਿਆ ਤੂੰ? ਦੇਖੋ ਦੇਖੀ ਹੋਈ ਇਹਨੂੰ ਦੇਖ ਕੇ ਲੱਗ ਗਿਆ ਪੁੱਤ? ਅੱਛਾ, ਮਹਿਫਲ ਹੀ ਏਦਾਂ ਦੀ ਸੀ ਇੱਥੇ? ਹੁਣ ਫਿਰ ਰਲ ਕੇ ਦੋਨੇ ਵੀ ਲਾ ਲੈਂਦੇ ਹਨਾ?
नहीं सच दस देखो मेरी नहीं भाई राजू मेनू थोड़े गवाह देखो मैं सारी वेरीफाई करके आया मैं नहीं भी मैं वेरीफाई करके आया मैं तेरे आने तो पहले इतने होके गया तुम है नहीं इतने सिरंज पई सी इतने हूं आरे बहर कि सिरंजा पईया आ फॉयल पेपर तुम मचाए पे आ मैनू सारे ने दसिया पुत भी तुम दोनों पुत रल के भी ला लेने देखो पहले ला दे किसी ने कौन अच्छा वो इतने उन्होंने बहन नु टिकाणा मिलिया होया वा इन्हों रोटी पानी मिली जाए नाल नशा मिली जाए इतने ही आते ने राजू तेन एच आई वी हैगा एड्स सच दसना तेन हैगा जिम्मे जेल जाके क्योंकि जेल जाके हो जाता एच आई वी क्योंकि जेल च सुई एक ही लाई जाते सारे ये तो करता सी ना जसप्रीत मेरा पुत बन के जिंदगी दे विच यार रब बार बार मौका नहीं दिंदा यार तुसी दोने प्यो पुत सुधरदे क्यों नहीं यार होना चाहिए खबर भी आई थी मैं पढ़ी खबर च एक का संस्कार करके आए थे तो दूजा खनी मर गया थी ना उदो बाद ही भाई पुलिस एक्शन चाहिए उदो ही चके गए फिर उदो इन्हों से गेड़ पाया फिर राजू तेन अफसोस तो है कि नहीं शर्म आई इस गल तो बेचता रहा कि देखो जो चिट्टा लाता ना वो तो आपकी जिंदगी खराब करता जो आपके घरद्या कर दिता भाई जो चिट्टा बेचता तो इलाके की जिंदगी खराब कर किन्ने मावां के पुत मारते एक तेनू तेनू की पहला पहला चार पैसे बनते बाद तेन आपकी खुराक तिकर ही मतलब सी आप खाना आप लाना किन्ने इलाके के मुंडिया बेचता रहा झूठ बोलेगा मैं लैके नहीं जाना खड़ा होवूं तंगी तरह करता तू पहला मैनू यह दस राजू कित्थों लैंदा सी समान नहीं कट्ठा जिहड़ा लिया तू कट्ठा तेरी पहुंच नहीं सी गां वाले दी पहुंच सी तेन दिंदे सी पांच छह ग्राम लिया के बेचदा सी किन्ने मावां दे पुत बाई मारते यार किन्ने मावां दे पंजाब च अग लगी पई है बाबे यार क्यों किया भाई भाई सानू बहुत बंदे फोन करने हुण सानू बेटा ने करना फोन गल की भाई असीं चिट्टे वाले नूं रखदे नहीं असीं रात जदों बाई ने वीडियो भेजी इहने बाई ने भेजी सानू वीडियो ते असीं सिर्फ इहदी हालत देख के आए इह वीडियो दे विच भाई किद्दां बोलदा मैं दस्सां भी मैनूं रोणा आ गया देख के इहनूं बंदे नूं भी यार ठीक है साडा फर्ज बनता सी भाई कन्हैया जी दे वारस हां भी चाहे जनरल डायर तड़फ रहा मूहरे सी तां उहनूं भी चकना भाई कन्हैया जी ने दुश्मनां दे हां भी पर इस बंदे दी जदों बाद च सानूं पता लगी सारी गलबात असीं सच्ची पहलां मन भी है नहीं सीगा इहनूं लैके जाइए पर असीं चाहुंदे सी भी उदाहरण देइए लोगों नूं पता लगे जिहड़ा चिट्टा बेचदे अज उहनां नूं भी पता लगे भी भरावो इहदा एंड कोई बड़ा चंगा नहीं हैगा आ देखो जी
देखो इत कुत्तियां कतूरे तुरे फिरते बाई होनी पे ने बाहरले पासे गंद ही गंद पिया। इत्थे खंडर बनिया होया एक पोल्ट्री फार्म दे दो कमरे आ जिदे विचों लोकां ने गाडर गूडर कढ के बेच चुके आ। लोहे दीआं इत्थे कोई चीज छड्डी नहीं जिहड़ी ना मतलब बेचण वाली रहिंदी होवे। सारा चिट्टे जी करता जमीन भी राजू दो हुण जिहदे कोल रहिंदा सी तूं किहदे कोल रहिंदा सी? एक मिंट बई जी, हां जी राजू यार तू तो पुत की जिंदगी भी गालती। तेरे प्यो ने दादे ने पोता किन्ना औखा होके पालिया सी यार, खून सिंज सिंज के पालिया पोता ने। बराबर का करीब करके रखा हुआ तू बिठा लिया कोले, नाड़ा चो निकल जू खून ए खून च रगन जेड़ा बगदा ए चिट्टा ए निकल जू तेरे निकल गया। क्योंकि असी उत्थे ताही नहीं रखते चिट्टे वालिया नू बाई, तुसी करने चलाकी चौस्ती स्कीम लाउणी है इधरों उधरों साडा उत्थे माड़ा इन्हें कृपा करिए साडे कोल तां बेचारे लोग ने कोई अखां तों अन्ने आ, किसी दी लत्तां है नहीं, किसी दी मन लो कोई बेचारा बाहां है नहीं, किसी दे सिर च कीड़े पए, किसी दे लाते कोई संगला ना बन्नया सी 20 सालां तों कोई 30 तों कोई गुलाम बना के रख्या सी, इदां दे बंदे साडे कोल तां भरावा। असीं तेरी उदाहरण देण ही आए आ पंजाब नूं, पंजाब सियां नूं। देख लो मेरे वीरो जिहड़े तुसीं नथा करदे हो, ਜਿਹੜੇ ਤੁਸੀਂ ਨਸ਼ਾ ਵੇਚਣ ਵੀ ਲੱਗ ਜਾਂਦੇ ਹੋ ਸਿਰਫ ਆਪਦੇ ਨਸ਼ੇ ਦੀ ਪੂਰਤੀ ਵਾਸਤੇ, ਤੁਸੀਂ ਉਹਨਾਂ ਵੱਡੇ ਜਿਹੜੇ ਬਲੈਕੀਏ ਆ ਉਹਨਾਂ ਤੋਂ ਲੈ ਕੇ ਨਸ਼ਾ ਅੱਗੇ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਖਰਾਬ ਕਰਦੇ ਹੋ। ਇਹ ਬਾਈ ਨਸ਼ਾ ਵੇਚਦਾ ਹੁੰਦਾ ਸੀ, ਵੇਚਦੇ ਵੇਚਦੇ ਨੇ ਆਪਦਾ ਘਰ ਵੀ ਵੇਚ ਲਿਆ, ਆਪਦੀ ਜ਼ਮੀਨ ਵੀ ਵੇਚ ਲਈ, ਆਪਦੀ ਹਰ ਇੱਕ ਚੀਜ਼ ਉਹ ਵੇਚ ਲਈ ਜਿਹੜੀ ਵਿਕ ਸਕਦੀ ਸੀ। ਇੱਕੋ ਹੀ ਚੀਜ਼ ਬਚੀ ਸੀ ਕੋਲੇ, ਸੀਗਾ ਪੁੱਤ ਸੋਨੇ ਵਰਗਾ ਜਸਪ੍ਰੀਤ, ਇਹ ਵੀ ਬਰਾਬਰ ਦਾ ਕਰ ਲਿਆ ਨੇ, ਇਹਦੀਆਂ ਵੀ ਨਾੜਾਂ ਨੀਲੀਆਂ ਹੋਈਆਂ ਪਈਆਂ ਬਾਹਾਂ ਦੀਆਂ, ਇਹ ਵੀ ਟੀਕੇ ਤੋਂ ਬਿਨਾਂ ਰਹਿ ਨਹੀਂ ਸਕਦਾ। ਅੱਜ ਕੀ ਪਿਆ ਪੱਲੇ? ਪੱਲੇ ਪਏ ਆ ਕੀੜੇ ਜਿਹੜੇ ਬਾਂਹ 'ਚ ਪੈ ਗਏ, ਪੱਲੇ ਪਈ ਆ ਫਰਸ਼ 'ਤੇ ਜਿੱਥੇ ਪਿਆ ਖੰਡਰ ਦੇ ਵਿੱਚ, ਪੱਲੇ ਪਿਆ ਉਹੀ ਲੋਕ ਜਿਨ੍ਹਾਂ ਦੇ ਵਿਆਹਾਂ ਸ਼ਾਦੀਆਂ 'ਤੇ ਵੀਡੀਓ ਬਣਾਉਂਦਾ ਸੀ ਜਾ ਕੇ ਲੱਖਾਂ ਰੁਪਈਆਂ ਦਾ ਕੰਮ ਕਰਦਾ ਸੀ, ਅੱਜ ਉਹੀ ਲੋਕ ਸਾਰੇ ਇਹਦੇ ਵਾਸਤੇ ਖੜੇ ਨੇ ਇੱਥੇ। ਅੱਜ ਉਹਨਾਂ ਹੱਥਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਿਸੇ ਟਾਈਮ ਕੋਈ ਚੀਜ਼ ਰੱਖਦਾ ਸੀ ਉਹਨਾਂ ਮੂਹਰੇ ਹੱਥ ਅੱਡਣੇ ਪੈ ਰਹੇ ਨੇ। ਅੱਜ ਇਹ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਆ, ਪੰਜਾਬੀ ਟਿਪੀਕਲ ਭਾਸ਼ਾ ਦੇ ਵਿੱਚ ਕਹਿੰਦੇ ਵੀ ਗੂੰਹ ਦੀਆਂ ਰੋੜੀਆਂ ਚੁਗਣ ਲਈ ਮਜਬੂਰ ਹੋ ਗਿਆ ਹੈ, ਤੇ ਉਹਦਾ ਪੁੱਤ ਉਸ ਤੋਂ ਵੀ ਵੱਡਾ ਮਜਬੂਰ ਹੋਇਆ ਬੈਠਾ। ਐਡਾ ਕੱਦ ਕਾਠ ਆ ਜੱਸੇ ਦਾ, ਜੱਸੇ ਖੜਾ ਹੋ ਪੁੱਤ, ਰਾਜੂ ਖੜਾ ਹੋ ਜਾਏਗਾ, ਕਾਲਾ ਕਰ ਪੁੱਤ ਰਾਜੂ। ਜਿਹੜਾ ਪਿਓ ਪੁੱਤ ਹੱਥ ਤੇਰਾ ਜਮਾ ਹੀ ਖਰਾਬ ਹੋਇਆ ਪਿਆ ਭਾਈ, ਕੀੜੇ ਪੈ ਗਏ ਸੀਗੇ ਨਹੀਂ? ਕੀੜੇ ਤਾਂ ਵਿੱਚ ਹੀ ਹੁੰਦੇ ਪੈ ਗਏ, ਯਾਨੀ ਕਿ ਫਿਰ ਕੱਢਦਾ ਕਿਵੇਂ ਸੀ ਕੀੜੇ? ਗਰਮ ਪੱਟੀ ਲਪੇਟ ਦਿੰਦੇ ਸੀ, ਗਰਮ ਪੱਟੀ ਖੋਲਦੇ ਸੀ
ਇਹ ਕੀੜੇ ਕੀੜੇ ਹੁੰਦੇ ਸੁੰਡੀਆਂ ਤੇ ਹੁੰਦੀਆਂ ਕੱਢ ਦਿੰਦਾ ਜੀ ਉੱਪਰ ਉੱਪਰ ਰਹਿ ਜਾਂਦੀ ਸੀ ਉਹ ਇੰਨੇ ਪੱਟੀ ਨਮੀ ਕਰ ਦਿੰਦੀ ਸੀ ਵੀ ਕਿਤੇ ਜ਼ਖਮ ਤੱਕ ਨਹੀਂ ਜਾਂਦੇ ਹੁਣ ਜ਼ਖਮ ਕਿੰਨਾ ਕਾ ਇੱਥੋਂ ਇੱਥੇ ਤੱਕ ਪੂਰਾ ਹੀ ਆ ਸ਼ੂਗਰ ਤਾਂ ਪਹਿਲਾਂ ਹੀ ਹੋਊਗਾ ਪਤਾ ਹੀ ਹੋਣ ਲੱਗਿਆ ਦੇਖ ਉੱਥੇ ਸਾਡੇ ਕੋਲ ਨਾ ਤਾਂ ਨਸ਼ੇ ਵਾਲੀ ਦਵਾਈ ਮਿਲਣੀ ਹੈ ਬਾਈ ਸਿੱਧੀ ਸਪਸ਼ਟ ਜੀ ਗੱਲ ਆ ਚਿੱਟੀ ਜੀਭ ਥੱਲੇ ਵਾਲੀ ਹੁਣ ਤੂੰ ਕਿੱਥੋਂ ਲੈਣਾ ਜੀਭ ਥੱਲੇ ਵਾਲੀ ਗੋਲੀ ਹੁਣ ਤੂੰ ਤਾਂ ਇੱਥੇ ਪਿਆ ਕਿਵੇਂ ਆਉਂਦੀ ਸੀ ਇਹ ਲਿਆ ਇਹਦਾ ਵੀ ਬਣਿਆ ਹੋਇਆ ਦੋਨਾਂ ਦੇ ਕਾਰਡ ਬਣੇ ਪਿਓ ਪੁੱਤਾਂ ਦੇ ਦੇਖੋ ਜੀ ਚਿੱਟੇ ਦੀ ਛੱਡਣ ਵਾਲੀ ਜਿਹੜੀ ਗੋਲੀ ਹੈ ਜੀਭ ਥੱਲੇ ਰੱਖਣ ਵਾਲੀ ਬਰੂਪਨ ਦੀ ਕਹਿੰਦੇ ਆ ਉਹਨੂੰ ਇੱਕ ਹੋਰ ਕਹਿੰਦੇ ਆ ਐਡਨੋਕ ਕਹਿੰਦੇ ਆ ਹਨਾ ਕਈ ਉਹਦੇ ਨਾਮ ਆ ਬਈ ਉਹ ਚਿੱਟੇ ਦੀ ਮਾਂ ਹੀ ਆ ਉਹਦਾ ਵੀ ਟੀਕਾ ਲੱਗਦਾ ਹਨਾ ਗੋਲੀ ਕੁੱਟ ਕੇ ਵੀ ਟੀਕਾ ਲਾਉਂਦੇ ਹਨ ਕਈ ਬੰਦੇ ਜਸਪ੍ਰੀਤ ਨੂੰ ਇੰਨਾ ਜਾਣ ਨਾ ਬਣ ਪੁੱਤ ਜਾਣੀ ਕਿ ਉਹ ਚਿੱਟੇ ਦੀ ਵੀ ਮਾਂ ਵਾ ਉਹਦੇ ਨਾਲ ਦੌਰੇ ਪੈਣ ਲੱਗ ਜਾਂਦੇ ਆ ਉਹਦੇ ਨਾਲ ਦਿਮਾਗੀ ਤੌਰ ਤੇ ਬੰਦਾ ਅਪਸੈਟ ਹੋ ਜਾਂਦਾ ਉਹਦੇ ਨਾਲ ਬੰਦੇ ਦੇ ਇਹਦੀ ਬਾਈ ਦੀ ਜਿਹੜੀ ਹਾਲਤ ਆ ਇਹਦੇ ਪਿੱਛੇ ਗੋਲੀ ਵੱਡਾ ਕਾਰਨ ਆ ਜਿਹੜਾ ਇਹਨੂੰ ਬਾਈ ਦੱਸਦਾ ਮੈਨੂੰ ਸ਼ੂਗਰ ਹੋ ਗਈ ਇਕਦਮ ਜਾਂ ਹੋਰ ਹੋ ਗਿਆ ਉਹ ਲੀਵਰ ਤੇ ਸਿੱਧਾ ਅਟੈਕ ਕਰਦੀ ਆ ਉਹ ਗੋਲੀ ਨੂੰ ਇਸ ਤਦਾਦ ਦੇ ਵਿੱਚ ਪੰਜਾਬ ਦੇ ਵਿੱਚ ਵੰਡਿਆ ਜਾ ਰਿਹਾ ਸਰਕਾਰ ਵੱਲੋਂ ਫ੍ਰੀ ਦੇ ਵਿੱਚ ਨਸ਼ਾ ਸਿਵਲ ਹਸਪਤਾਲ ਚ ਵਿਕਦਾ ਰੋਜ਼ ਲਾਈਨਾਂ ਲੱਗੀਆਂ ਖੜੀਆਂ ਹੁੰਦੀਆਂ ਸਾਈਕਲਾਂ ਵਾਲੇ ਵਿਚਾਰੇ ਦਿਹਾੜੀਦਾਰ ਮਜ਼ਦੂਰ ਬੰਦੇ ਪਹਿਲਾਂ ਉੱਥੇ ਜਾਂਦੇ ਨੇ ਪਹਿਲਾਂ ਜਿਹੜਾ ਮਜ਼ਦੂਰ ਉਹ ਗੁਰਾਂ ਦੇ ਨਾਂ ਤੇ ਵੱਸਦੇ ਪੰਜਾਬ ਦੇ ਵਿੱਚ ਜਿਹੜਾ ਮਜ਼ਦੂਰ ਪਹਿਲਾਂ ਘਰੋਂ ਨਿਕਲ ਕੇ ਗੁਰਦੁਆਰੇ ਜਾਂਦਾ ਸੀ ਹੁਣ ਅੱਜ ਉਹ ਮਜ਼ਦੂਰ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਜਾਂ ਡਿਸਪੈਂਸਰੀਆਂ ਜਿਹੜੀਆਂ ਬਣੀਆਂ ਸਰਕਾਰੀ ਉੱਥੇ ਜਾਂਦਾ ਉੱਥੇ ਜਾ ਕੇ ਉਹ ਲਾਈਨ 'ਚ ਖੜ ਕੇ ਉਹ ਗੋਲੀਆਂ ਲੈਂਦਾ ਬਰੂਪਨ ਦੀਆਂ ਜੀਭ ਥੱਲੇ ਰੱਖਣ ਵਾਲੀਆਂ ਫਿਰ ਉਹ ਅੱਗੇ ਕੰਮ ਤੇ ਜਾਂਦਾ ਗੁਰੂ ਦੇ ਘਰ ਤੇ ਜਾਣਾ ਭੁੱਲ ਹੀ ਗਿਆ ਹੁਣ ਜਿਹੜਾ ਕੋਈ ਮਾੜਾ ਮੋਟਾ ਕੋਈ ਅਮਲੀ ਕੋਈ ਛੋਟਾ ਮੋਟਾ ਡੋਡੇ ਖਾ ਕੇ ਆਪਣੇ ਬੱਚਿਆਂ ਨੂੰ ਪਾਲੀ ਜਾਂਦਾ ਸੀ ਅੱਜ ਉਹ ਗੋਲੀਆਂ ਤੇ ਲੱਗਿਆ ਹੋਇਆ ਵਾ ਤੇ ਗੋਲੀਆਂ ਉਹ ਸਰਕਾਰ ਫ੍ਰੀ ਦੇ ਰਹੀ ਆ ਪੈਸੇ ਲੱਗਦੇ ਤੇ ਕੋਈ ਕਿੰਨੀਆਂ ਗੋਲੀਆਂ ਮਿਲਦੀਆਂ ਵੀਰੇ ਰੋਜ਼ ਰੋਜ਼ ਦੋ ਰੋਜ਼ ਦੀਆਂ ਦੋ ਮਤਲਬ ਇਕੱਠੀਆਂ 15 ਦਿਨ ਦੇ ਦਿੰਦੇ ਆ 7 ਦਿਨਾਂ ਦੇ ਦਿੰਦੇ 14 ਗੋਲੀਆਂ ਇਕੱਠੀਆਂ ਦੇ ਦਿੰਦੇ ਨੇ ਹੁਣ ਤੁਹਾਡੇ ਦੋ ਕਾਰਡ ਬਣੇ 28 ਗੋਲੀਆਂ ਆ ਜਾਂਦੀਆਂ ਤੇਰੇ ਕੋਲ ਤੈਨੂੰ ਇੱਕ ਦਿੰਦੇ ਬਿੱਲੇ ਯਾਰ ਤੂੰ ਕਿੰਨਾ ਸੋਹਣਾ ਯਾਰ ਦੱਸਿਆ ਯਾਰ ਕਿੰਨਾ ਬਿੱਲੇ ਅੱਖਾਂ ਤੇਰੀਆਂ ਕਿੰਨਾ ਸੋਹਣਾ ਕਰਦਾ ਯਾਰ ਪੁੱਤਰ ਆ ਯਾਰ ਕੌਡੀ ਵਾਲਾ ਸਰੀਰ ਆ ਤੇਰੇ ਕਿੱਡੇ ਕਿੱਡੇ ਹੱਥ ਆ ਹੱਥ ਪੈਰ ਹੈ ਨਾ ਖੇਡਦਾ ਸੀ ਕੌਡੀ ਹੱਥ ਖੁੱਲੇ ਆ ਹੱਥ ਪੂਰੇ ਤੇਰੇ ਯਾਰ ਯਾਰ ਬਾਈ ਕਿੰਨਾ ਸੋਹਣਾ ਮੁੰਡਾ ਬਾਈ ਯਾਰ ਹੈਨਾ ਤੈਨੂੰ ਯਾਦ ਆ ਦੱਸਿਆ ਤੈਨੂੰ ਦੱਸਦਾ ਨੀ ਸੀ ਹੁੰਦਾ ਉਹ ਪੁੱਤ ਬਚੀ ਤੇਰੇ ਪਿਓ ਨੇ ਤਾਂ ਲਾ ਲਿਆ ਤੂੰ ਨਾ ਲਾਈ ਖੇਡਾ ਨੀ ਸੀ ਉਹ ਰਾਜੂ ਯਾਰ ਕਿੱਥੇ ਪਿਆ ਯਾਰ ਤੂੰ ਖੰਡਰ ਦੇ ਵਿੱਚ ਹੈ ਇਧਰ ਨੂੰ ਲੈ ਕੇ ਚੱਲ ਬਾਹਰ ਨੂੰ ਜਸਪ੍ਰੀਤ ਬਾਪੂ ਨੂੰ ਆਪਦੇ ਨੂੰ ਹੱਥ ਫੜ ਲੈ ਡਿੱਗਣਾ ਪਵੇ ਮੂਹਰੇ ਹੋ ਅਮਿਤ ਤੂੰ ਬਣਾਉ ਕਿਮਤੀ ਭੱਜ ਕੇ ਹੋ ਮੂਹਰੇ ਚੱਲ ਰਿਹਾ ਜਿਹੜੇ ਤੇਰੇ ਜ਼ਖਮ ਆ ਉਥੋਂ ਆਈਡੀਆ ਲੱਗਦਾ ਜਿਵੇਂ HIV ਪਹਿਲਾਂ HIV ਸੀਗਾ ਕਿਸੇ ਹੋਰ ਨੂੰ ਸ਼ੂਗਰ ਤੇਰੇ ਡੈਡੀ ਨੂੰ ਸੀਗਾ ਦੇਖੋ ਅੱਜ ਇਹ ਵੀਰ ਕਿਹੜੀ ਹਾਲਤ ਦੇ ਵਿੱਚ ਕਿੱਥੇ ਅਖਬਾਰ ਦੇ ਢੇਰ ਦੇ ਉੱਤੇ ਜ਼ਿੰਦਗੀ ਕੱਟ ਰਿਹਾ ਕਿਸੇ ਟਾਈਮ ਰਾਜੂ ਫੋਟੋਗ੍ਰਾਫਰ ਗੋਤ ਕੀ ਰਾਜੂ ਤੁਹਾਡਾ ਸਿੱਧੂ ਇਹ ਵੀਰ ਚਿੱਟਾ ਵੇਚਦਾ ਸੀਗਾ ਚਿੱਟਾ ਲਾਉਂਦਾ ਸੀ ਤੇ ਚਿੱਟਾ ਵੇਚਦਾ ਸੀ ਬਾਈ
ਬਈ ਸਾਡੀ ਹੱਥ ਜੋੜ ਕੇ ਬੇਨਤੀ ਆ ਵੇਚਣ ਵਾਲਿਆਂ ਨੂੰ ਤਾਂ ਖਾਸ ਕਰਕੇ ਯਾਰ ਬਾਈ ਕਹਿੰਦੇ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਆ ਬਾਈ ਯਾਰ ਆਪਣਾ ਪੰਜਾਬ ਆ ਇਹ ਯਾਰ ਬਾਈ ਕੁਛ ਹੋਰ ਕੰਮ ਕਰ ਲਓ ਯਾਰ ਕੋਈ ਹੋਰ ਚੀਜ਼ ਕਰ ਲਓ ਬਾਈ ਵੇਚਣਾ ਜੇ ਤੁਸੀਂ ਵੇਚਣਾ ਛੱਡ ਦਿਓ ਬਾਈ ਬਹੁਤ ਘਰ ਬਚ ਜਾਣਗੇ ਮਾਵਾਂ ਦੇ ਪੁੱਤ ਤੇ ਨਹੀਂ ਤਾਂ ਬਾਈ ਘਰ ਆਪਦੇ ਘਰੇ ਅੱਗ ਲੱਗਦੀ ਹੈ ਜਿਹੜਾ ਘਰੇ ਲਿਆ ਕੇ ਕੋਲੇ ਰੱਖਦਾ ਵੀਰੇ ਉਹਦੇ ਘਰ ਪਹਿਲਾਂ ਕਾਲਸ ਉਹਦੇ ਘਰ ਹੀ ਕੰਧਾਂ ਨੂੰ ਹੁੰਦੀ ਆ ਇੱਕ ਨਾ ਇੱਕ ਦਿਨ ਅੱਗ ਲੱਗਣੀ ਹੋਈ ਲੱਗਣੀ ਆ ਬਾਈ ਅੱਜ ਰਾਜੂ ਦੇ ਘਰ ਨੂੰ ਅੱਗ ਲੱਗ ਗਈ ਘਰ ਚ ਕੋਈ ਵੀ ਨੀ ਬਚਿਆ ਜਿਹੜਾ ਵੀਡੀਓ ਚ ਤਾਂ ਕਹਿੰਦੇ ਮੇਰਾ ਟੱਬਰ ਹੀ ਮਰ ਗਿਆ ਸਾਰਾ ਪਰ ਇਹਦਾ ਪੁੱਤ ਇੱਕ ਖੜਾ ਹੈਗਾ ਹਜੇ ਖੜਾ ਵਾ ਆਪਣੇ ਲੱਤਾਂ ਤੇ ਪਰ ਜਿਹੜੀ ਚੀਜ਼ ਉਹਦੇ ਰਗਾਂ ਚ ਵਗਦੀ ਆ ਨਾ ਉਹ ਜ਼ਿਆਦਾਤਰ ਖੜਾ ਨਹੀਂ ਹੋਣ ਦਿੰਦੀ ਬੰਦੇ ਨੂੰ ਤੇ ਰਾਜੂ ਦੀ ਹਾਲਤ ਦੇਖ ਕੇ ਤੇ ਹਾਲਾਤ ਦੇਖ ਕੇ ਸਮਝ ਲਓ ਤੁਸੀਂ ਯਾਰ ਬਾਈ ਜੇ ਤੁਸੀਂ ਮਾੜੀ ਮੋਟੀ ਵੀ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਆ ਮਾੜਾ ਮੋਟਾ ਵੀ ਤਾਂ ਪਲੀਜ਼ ਯਾਰ ਬੰਦ ਕਰੋ ਇਹ ਚੀਜ਼ਾਂ ਨੂੰ ਨਹੀਂ ਤਾਂ ਮਾਵਾਂ ਦੇ ਪੁੱਤ ਏਦਾਂ ਹੀ ਖਤਮ ਹੋ ਜਾਣਗੇ ਯਾਰ ਬਾਈ ਏਦਾਂ ਹੀ ਕੀੜੇ ਪੈ ਜਾਣਗੇ ਪੁੱਤ ਦੇ ਪਿਓ ਦੇ ਪੁੱਤ ਕੀੜੇ ਕੱਢਦਾ ਪੁੱਤ ਦੱਸਦਾ ਵੀ ਬਾਈ ਉੱਪਰ ਉੱਪਰ ਹੀ ਸੀ ਪੱਟੀ ਚ ਕੀੜੇ ਹੁੰਦੇ ਸੀਗੇ ਬਾਈ ਕੀੜੇ ਪੈ ਜਾਣੇ ਕਿੱਡੀ ਲਾਹਨਤ ਵਾਲੀ ਗੱਲ ਆ ਬਾਈ ਕੁੱਤੇ ਦੇ ਕੀੜੇ ਨੀ ਪੈਣ ਦਿੰਦਾ ਸੀ ਪੰਜਾਬ ਆਈ ਪੰਜਾਬ ਚ ਬਾਈ ਕਿਸੇ ਜਾਨਵਰ ਦੇ ਵੀ ਕੀੜੇ ਪੈਣੇ ਆਪਣਾ ਸਾਰਾ ਪਿੰਡ ਇਕੱਠਾ ਹੋ ਕੇ ਭੱਜ ਲੈਂਦਾ ਸੀ ਮਗਰ ਹਨਾ ਕਿਸੇ ਡੰਗਰ ਪਸ਼ੂ ਗਾਂ ਦੇ ਸੱਟ ਲੱਗ ਜਾਣੀ ਨਾ ਆਪਾਂ 10-20 ਬੰਦੇ ਇਕੱਠੇ ਹੋ ਕੇ ਬਾਈ ਮਗਰ ਫੜ ਕੇ ਗਾਂ ਨੂੰ ਕੀੜੇ ਕੱਢ ਦਿੰਦੇ ਸੀ ਉਹਦੇ ਵੀ ਤੇਲ ਲਾ ਦਿੰਦੇ ਸੀ ਹਨਾ ਤੇ ਅੱਜ ਬਾਈ ਬੰਦਿਆਂ ਦੇ ਪੈ ਗਏ ਯਾਰ ਕੀੜੇ ਯਾਰ ਬਾਈ ਤੇ ਬਾਈ ਪਿਓ ਦੇ ਕੀੜੇ ਪੁੱਤ ਕੱਢ ਰਿਹਾ ਬਾਈ ਤੇ ਪਿਓ ਨੇ ਜਿਹੜੇ ਕੀੜੇ ਉਹ ਪੁੱਤ ਦੇ ਪਾਤੇ ਆ ਉਹ ਨਿਕਲਣੇ ਵੀ ਨਹੀਂ ਉਹ ਨਾੜਾ ਛੱਡਤੇ ਨੇ ਇਹ ਤਾਂ ਚਲੋ ਉਹਨੇ ਕੱਢਤੇ ਹੱਥ ਨਾਲ ਜਿਹੜੇ ਇਹਨੇ ਪਾਏ ਉਹਦੇ ਕੀੜੇ ਉਹ ਤਾਂ ਨਿਕਲਣੇ ਨੀ ਬਾਈ ਉਹ ਤਾਂ ਦਿਖਦੇ ਵੀ ਨੀ ਗਏ ਰਾਜੂ ਅਸੀਂ ਤੈਨੂੰ ਜਲੀਲ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਬੇਨਤੀ ਕਰਦੇ ਤੇਰੇ ਰਾਹੀਂ ਕਿਸੇ ਹੋਰ ਨੂੰ ਮੈਂ ਤੈਨੂੰ ਪਹਿਲਾਂ ਵੀ ਇਹੀ ਗੱਲ ਕੀਤੀ ਵੀ ਸ਼ਾਇਦ ਤੁਹਾਤੋਂ ਕੋਈ ਸਿੱਖਿਆ ਲੈ ਕੇ ਕੋਈ ਹੋਰ ਮਾਂ ਦਾ ਪੁੱਤ ਬਚ ਜਾਵੇ ਜੇ ਜਰੀਆ ਬਣੇ ਆ ਵੀਰੇ ਤੁਹਾਡਾ ਨਾਂ ਕੀ ਪੂਰਾ ਸੁਖਦੇਵ ਸਿੰਘ ਕਾਕੇ ਬਾਈ ਨੇ ਕੱਲ ਰਾਤ ਤੇਰੀ ਵੀਡੀਓ ਭੇਜੀ ਸੀ ਨਾ ਕੱਲ ਸਾਨੂੰ ਪਰਸੋਂ ਵੀ ਹਾਂ ਤੇ ਫਿਰ ਅਸੀਂ ਅੱਜ ਇੱਥੇ ਕਣਕਵਾਲ ਪਿੰਡ ਆ ਹਰਜਿੰਦਰ ਸਿੰਘ ਖਾਲਸਾ ਬਾਈ ਜੀ ਤਖਤੂਪੁਰਾ ਸਾਹਿਬ ਤੋਂ ਮੇਜਰ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਅਸੀਂ ਉੱਥੇ ਭੋਗ ਤੇ ਗਏ ਸੀਗੇ ਅਸੀਂ ਸੋਚਿਆ ਸੀ ਵੀ ਅੱਜ ਯਾਰ ਮਿਲ ਕੇ ਜਾਣਾ ਬਾਈ ਨੂੰ ਪਰ ਉੱਥੇ ਚਿੱਟੇ ਦਾ ਨਸ਼ਾ ਨਹੀਂ ਛਡਾਉਂਦੇ ਅਸੀਂ ਬਾਈ ਨਾ ਸਾਡੇ ਕੋਲ ਦਵਾਈ ਹੈ ਕੋਈ ਸਿਰਫ ਤੇਰਾ ਬਾਂਹ ਦਾ ਇਲਾਜ ਹੋਊਗਾ ਜੇ ਤੇਰੇ ਚ ਵਿਲ ਪਾਵਰ ਹੈਗੀ ਆ ਜੇ ਤੇਰੇ ਚ ਹਜੇ ਵੀ ਜ਼ਮੀਰ ਤੇਰੀ ਜਿਉਂਦੀ ਆ ਮਾੜੀ ਮੋਟੀ ਜੇ ਤੂੰ ਚਾਹੁੰਦਾ ਵੀ ਇਹਦੇ ਸਿਹਰੇ ਵੱਜਦੇ ਦੇਖਣੇ ਆ ਤੂੰ ਜੇ ਤੂੰ ਚਾਹੁੰਦਾ ਵੀ ਤੇਰਾ ਤੇਰਾ ਪਿਓ ਨੇ ਉਹਨੂੰ ਪਾਲਤਾ ਬਾਈ ਦੱਸਦੇ ਸਾਰੇ ਪਿੰਡ ਦੇ ਦਾਦੇ ਨੇ ਪਾਲਿਆ ਟੋਕਰੀ ਬਿਠਾ ਕੇ ਨਿੱਕਾ ਜਿਹਾ ਸੀ ਮਾਂ ਤਾਂ ਨਿੱਕੇ ਜਿਹੇ ਹੁੰਦਿਆਂ ਦੀ ਮਰ ਗਈ ਸੀ ਇਹਦੀ ਤੇ ਹੁਣ ਜੇ ਤੂੰ ਚਾਹੁੰਦਾ ਵੀ ਇਹਦੇ ਪੋਤੇ ਨੂੰ ਤੂੰ ਵੀ ਟੋਕਰੀ ਚ ਬਿਠਾਵੇਂ ਤਾਂ ਰਾਜੂ ਸਿੰਘ ਅੰਦਰ ਮਾਰ ਲਾ ਆਵਾਜ਼ ਆਪਦੇ ਅੰਦਰੋਂ ਜ਼ਮੀਰ ਨੂੰ ਜਿਉਂਦਾ ਕਰ ਲਾ ਤੇ ਜਸਪ੍ਰੀਤ ਤੂੰ ਨਾਲ ਚੱਲਣਾ ਪੁੱਤ ਦੇਖ ਤੇਰੇ ਪਿਓ ਦੀ ਗੱਲ ਨੀ ਹੈਗੀ ਇਹ ਤੇਰੀ ਆਉਣ ਵਾਲੀ ਜ਼ਿੰਦਗੀ ਦੀ ਗੱਲ ਆ ਇਕੱਲੀ ਇਸ ਗੱਲ ਨਾ ਸੋਚੀ ਵੀ ਤੇਰਾ ਪਿਓ ਅਸੀਂ ਤੂੰ ਨਾ ਵੀ ਜਾਏ ਅਸੀਂ ਇਹਨੂੰ ਲੈ ਜਾਈਏ ਕੋਈ ਫਰਕ ਨੀ ਪੈਣਾ ਕਿਸੇ ਚੀਜ਼ ਨਾਲ ਕਿੰਨਾ ਦੁਨੀਆ ਖੜਨੀ ਆ ਪਰ ਤੇਰੀ ਆਉਣ ਵਾਲੀ ਜ਼ਿੰਦਗੀ ਬਿਹਤਰ ਹੋਜੂ ਦੱਸਿਆ ਇਹ ਜਿਹੜਾ ਜ਼ਰੀਆ ਬਣਿਆ ਨਾ ਸੁਖਦੇਵ ਹੁਣੀ ਬਾਈ ਹੁਣੀ ਖੜੇ ਨੇ ਮੰਨੇ ਹੁਣੀ ਸਾਰੇ ਇਹ ਪਰਮਾਤਮਾ ਦੀ ਵਿਧ ਬਣੀ ਹੋਈ ਆ ਅਸੀਂ ਇੱਥੋਂ ਮੁੜ ਗਏ ਸੀ ਬਾਈ ਅਸੀਂ 30 ਕਿਲੋਮੀਟਰ ਤੋਂ ਦੁਬਾਰਾ ਵਾਪਸ ਮੁੜ ਕੇ ਆਏ ਹਾਂ ਬਾਈ ਤਪਾ ਟੱਪ ਗਏ ਸੀ ਕਿਉਂਕਿ ਜਿਹੜਾ ਆਟਾ ਨਾ ਤੁਹਾਡਾ ਗੁੰਨਿਆ ਪਿਆ ਉੱਥੇ ਬਾਈ ਉਹ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਨਾ ਕਿਰਪਾ ਕੀਤੀ ਹੋਈ ਆ ਤੇ ਸਾਡੀ ਲਾਈਵ ਵੀਡੀਓ ਚੱਲਦੀ ਆ ਬਾਈ ਚਿੱਟੇ ਵਾਲੇ ਅੱਜ ਤੱਕ ਕੋਈ ਵੀ ਇੱਕ ਮਾਨਕਾਲ ਪਿੰਡ ਤੋਂ ਹੀ ਦੋ ਭਰਾ ਲੈ ਕੇ ਆਉਂਦੇ ਸੀਗੇ ਨਾਲ ਉਹਨਾਂ ਦੀ ਮਾਂ ਸੀ ਤਿੰਨੇ ਮਾਂ ਪੁੱਤ ਚਿੱਟਾ ਲਾਉਂਦੇ ਸੀ ਬਾਈ ਉਹ ਕੋਠੀ ਦੀ ਉਹਨਾਂ ਨੇ ਕੋਈ ਜਗ੍ਹਾ ਹੀ ਨਹੀਂ ਛੱਡੀ ਸੀ ਜਿੱਥੇ ਲੋਹਾ ਲੱਗਿਆ ਹੋਵੇ ਤੇ ਨਾ ਵੇਚਿਆ ਹੋਵੇ ਤੇ ਅੱਜ ਵੱਡਾ USA ਚ ਬੈਠਾ ਛੋਟਾ ਸਾਡੇ ਕੋਲ ਸੇਵਾ ਕਰਾਉਂਦਾ ਸਾਲ ਹੋ ਗਿਆ ਉਹਨੂੰ ਸਾਡੇ ਕੋਲ ਮਾਂ ਬਿਲਕੁਲ ਠੀਕ ਆਪਦੇ ਘਰੇ ਆ ਅਸੀਂ ਵੀ ਗਗਨ ਨੂੰ ਇਹ ਗੱਲ ਕਹੀ ਆ ਬਾਈ ਜੀ ਤੁਹਾਡੀ ਜਿਹੜੀ ਤੁਸੀਂ ਦੱਸੀ ਜਾ ਰਹੇ ਹੋ ਵੀ ਤੂੰ ਵੀ ਜੇ ਨਾਲ ਵਗ ਜਾਏਗਾ ਨਾ ਤਾਂ ਤੇਰਾ ਵੀ ਨਾਲ ਜ਼ਿੰਦਗੀ ਬਣ ਜੂ ਬਾਈ ਬਣਨੀ ਹੋਈ ਤਾਂ ਦੇਖੋ ਜੇ ਨਾ ਗਿਆ ਇਹਨੇ ਵੀ ਨਹੀਂ ਰਹਿਣਾ ਸਾਡੇ ਕੋਲ ਇਹਨੇ ਬਚਣਾ ਨਹੀਂ ਹਾਂਜੀ ਜੇ ਇਹਨੂੰ ਆਸ ਹੋਊਗੀ ਜਿਉਣ ਦੀ ਤਾਂ ਉਹ ਇਹੀ ਆ ਵੀ ਮੈਂ ਆਪਦੇ ਪੁੱਤ ਦਾ ਹੱਥ ਪੈਰ ਮੰਨ ਲਓ ਸਰੀਰ ਇਹਦਾ ਤਕੜਾ ਕਰਕੇ ਇਹਨੂੰ ਵਿਆਹਣਾ ਮੈਂ ਹੁਣ ਜੇ ਇਹ ਉੱਥੇ ਹੋਊਗਾ ਇਹ ਇੱਥੇ ਗਲੀਆਂ 'ਚ ਚਿੱਟਾ ਲਾਉਂਦਾ ਫਿਰੂਗਾ ਤੇ ਇਹਨੇ ਜਿਉਣ ਦੀ ਕਾਹਦੀ ਆਸ ਰਹਿ ਗਈ ਫਿਰ ਇਹਨੇ ਮਰ ਜਿਉਣਾ ਤੇ ਮਰਨਾ ਇੱਕੋ ਹੀ ਗੱਲ ਆ ਤੇ ਫਿਰ ਲੋਕ ਵੀ ਉਹ ਸੱਚੇ ਹੀ ਆ ਇੱਕ ਗੱਲ ਇਹ ਵੀ ਜਿਹੜੇ ਲੋਕ ਕਹਿੰਦੇ ਆ ਨਾ ਵੀ ਇਹਨਾਂ ਨੂੰ ਐਂ ਮਰਨਾ ਚਾਹੀਦਾ ਇਹਨਾਂ ਦੇ ਕੀੜੇ ਹੀ ਪੈਣੇ ਚਾਹੀਦੇ ਆ ਪਤਾ ਨੀ ਬਾਈ ਕਿੰਨੀਆਂ ਮਾਵਾਂ ਨੇ
ਅਰਦਾਸਾਂ ਕੀਤੀਆਂ ਹੋਣੀਆਂ ਉਦੋਂ ਜਦੋਂ ਚਿੱਟਾ ਵੇਚਦਾ ਸੀ ਨਾ ਜਿਹਦਾ ਪੁੱਤ ਨਿੱਕਾ ਜਿਹਾ ਜਿਹੜਾ ਮੋਟਰਸਾਈਕਲ ਘਰੋਂ ਲੈ ਕੇ ਨਿਕਲਦਾ ਸੀ ਆਪਦੀ ਮਾਂ ਦੇ ਥੱਪੜ ਮਾਰ ਕੇ ਤੇ ਖੋਹ ਕੇ 2000 ਰੁਪਇਆ ਲਿਆ ਕੇ ਇਹਨੂੰ ਦੇ ਦਿੰਦਾ ਸੀ ਵੀ ਲੈ ਮੈਨੂੰ ਦੇ ਚਿੱਟਾ ਉਹ ਮਾਵਾਂ ਦੀਆਂ ਅਰਦਾਸਾਂ ਬਾਈ ਜਾਈਆਂ ਨਹੀਂ ਜਾਂਦੀਆਂ ਕੀੜੇ ਪੈ ਗਏ ਤਾਂ ਹੀ ਪਏ ਕੀੜੇ ਇਹ ਅਸੀਂ ਕਿਸੇ ਅੱਜ ਤੱਕ ਮਾਨਵਤਾ ਦੇ ਖਿਲਾਫ਼ ਅਸੀਂ ਬੋਲੇ ਨਹੀਂ ਕਦੇ ਅਸੀਂ ਕਿਸੇ ਦੀ ਇਸ ਚੀਜ਼ ਨੂੰ ਬੜਾ ਉਹ ਨਹੀਂ ਕੀਤੀ ਵੀ ਹਾਂ ਵਧੀਆ ਹੋ ਗਿਆ ਅਸੀਂ ਅੱਜ ਵੀ ਨਹੀਂ ਕਹਿੰਦੇ ਗੱਲ ਵੀ ਇਹਦੇ ਕੀੜੇ ਪਏ ਆ ਵਧੀਆ ਹੋ ਗਿਆ ਬਹੁਤ ਮਾੜਾ ਹੋਇਆ ਬਾਈ ਪੈਣੇ ਹੀ ਨਹੀਂ ਚਾਹੀਦੇ ਬਾਈ ਪਰ ਬਾਈ ਜੋ ਬੀਜਾਂਗੇ ਉਹ ਵੱਢਾਂਗੇ ਦੱਸਿਆ ਅੱਜ ਜੇ ਤੂੰ ਚੰਗਾ ਬੀਜ ਲੇਗਾ ਨਾ ਤਾਂ ਚੰਗਾ ਵੱਢ ਲਾਂਗੇ ਪੁੱਤ ਅੱਜ ਤੇ ਅੱਜ ਤੈਨੂੰ ਸੋਚਣ ਦੀ ਲੋੜ ਆ ਪਿਓ ਦਾ ਧਰਮ ਤੂੰ ਨਿਭਾ ਪੁੱਤ ਦਾ ਧਰਮ ਉਹ ਨਿਭਾਊਗਾ ਵੀ ਮੈਂ ਪੁੱਤ ਨੂੰ ਖੜਾ ਕਰਨਾ ਨਾਲ ਤੇਰਾ ਸਰੀਰ ਠੀਕ ਹੋ ਗਿਆ ਉਮਰ ਤੇਰੀ ਥੋੜੀ ਹੈ ਪੁੱਤ ਤੈਨੂੰ ਤਾਂ ਕੁਛ ਪਤਾ ਵੀ ਨੀ ਲੱਗਣਾ ਕਿਉਂਕਿ ਤੇਰੇ ਸਰੀਰ ਨੇ ਝੱਲ ਲੈਣੀ ਹੈ ਸੱਟ ਹਜੇ ਨਸ਼ੇ ਦੀ ਗੱਲ ਹੈ ਨੀ ਏਡੀ ਇਹਨੂੰ ਔਖਾ ਸੀਗਾ ਇਹਨੂੰ ਤੂੰ ਸਹਾਰਾ ਦੇ ਸਕਦਾ ਜੇ ਬਚਾਉਣਾ ਤੇ ਅਸੀਂ ਬੇਨਤੀ ਵੀ ਕਰਦੇ ਭੈਣ ਭਰਾਵਾਂ ਨੂੰ ਮਾਵਾਂ ਨੂੰ ਵਿਚਾਰੀਆਂ ਬਹੁਤ ਸਾਡੇ ਕੋਲੇ ਮਾਵਾਂ ਆਪਦੇ ਪੁੱਤ ਲੈ ਕੇ ਆਉਣ ਲੱਗ ਗਈਆਂ ਸੀ ਜਦੋਂ ਅਸੀਂ ਉਹਨਾਂ ਨੂੰ ਲੈ ਕੇ ਆਏ ਸੀ ਹਨਾ ਬੜਾ ਵਿਚਾਰੀਆਂ ਨੇ ਕੀਰਨੇ ਪਾਏ ਨੀਲ ਪਏ ਦਿਖਾਉਂਦੀਆਂ ਸੀ ਮਾਵਾਂ ਬਾਪੂ ਦਿਖਾਉਂਦੇ ਸੀ ਸਿਰ ਦੇ ਜੂੜੇ ਦੇ ਵਾਲ ਨੇ ਪੱਟ ਕੇ ਸਿੱਟੇ ਹੋਏ ਪੁੱਤਾਂ ਦੇ ਵੀ ਇਹਨੂੰ ਰੱਖ ਲਓ ਵੀ ਸਾਨੂੰ ਰੋਜ਼ ਕੁੱਟਦਾ ਇੱਕ ਬਾਈ ਜੀ ਆਇਆ ਸਾਡੇ ਕੋਲੇ 18 ਕਿੱਲੇ ਜ਼ਮੀਨ ਬਾਈ ਮੁੰਡੇ ਕੋਲੇ 12 ਪੜ੍ਹ ਕੇ ਮੁੰਡੇ ਨੇ ਖੇਤ ਪੜ੍ਹਾਈ ਛੱਡਤੀ ਖੇਤੀ ਕਰਨ ਲੱਗ ਗਿਆ ਆਪਦੀ ਟਰੈਕਟਰ ਹਲ ਸਾਰਾ ਕੁਛ ਸੀ ਬਾਈ ਉਹਦੇ ਘਰੇ ਮਸ਼ੀਨਰੀ ਜਿਹੜੀਆਂ ਵੱਡੀਆਂ ਮਸ਼ੀਨਾਂ ਹੁੰਦੀਆਂ ਉਹ ਵੀ ਉਹਨੇ ਘਰ ਦੀ ਖੇਤੀ ਕਰਦਾ ਸੀ 18 ਕਿੱਲੇ ਉਹਦੇ ਆਪਦੇ ਸੀ ਇਦੋਂ ਵੱਧ ਉਹ ਠੇਕੇ ਤੇ ਲੈਂਦਾ ਸੀ ਮੈਂ ਪਿੰਡ ਦਾ ਨਾਂ ਨੀ ਲੈਣਾ ਬਾਈ ਇੰਨੀ ਵਧੀਆ ਮੁੰਡਾ ਖੇਤੀ ਕਰਦਾ ਸੀ ਬਾਈ ਮਾਂ ਪਿਓ ਇੰਨੇ ਖੁਸ਼ ਸੀਗੇ ਵੀ ਸਾਡਾ ਪੁੱਤ ਆਧੁਨਿਕ ਤਰੀਕੇ ਨਾਲ ਖੇਤੀ ਕਰਦਾ ਬਾਈ ਬਸ ਐਂ ਨਾਲਦਿਆਂ ਨੇ ਚਿੱਟੇ ਤੇ ਲਾਤਾ ਨਾਲਦੇ ਕੌਣ ਹੁੰਦੇ ਆ ਜਿਵੇਂ ਰਾਜੂ ਨੇ ਪਤਾ ਨੀ ਕਿੰਨਿਆਂ ਨੂੰ ਲਾਇਆ ਹਨਾ ਤੇ ਬਸ ਉਹ ਬਾਈ ਉਹੀ ਪੁੱਤ ਪਹਿਲਾਂ ਤਾਂ ਉਹਨੇ ਇਕੱਲਾ ਇਕੱਲਾ ਸੰਦ ਵੇਚੇ ਜਿਹੜੀ ਚੀਜ਼ ਉਹਦੇ ਹੱਥ ਸੀ ਸਾਰਾ ਕੁਛ ਉਹਨੇ ਵੇਚਤਾ ਇਕੱਲੀ ਜ਼ਮੀਨ ਪਿਓ ਦੇ ਨਾਂ ਤੇ ਰਹਿ ਗਈ ਜ਼ਮੀਨ ਨਹੀਂ ਸੀ ਵਿਕ ਸਕਦੀ ਆੜਤੀਏ ਵੀ ਜਿੰਨੇ ਦੇ ਸਕਦੇ ਸੀ ਉਹਨਾਂ ਤੋਂ ਲੈ ਲਿਆ ਹਰ ਰੋਜ਼ ਆਪਦੇ ਮਾਂ ਪਿਓ ਨੂੰ ਕੁੱਟਦਾ ਸੀ ਬਾਈ ਵੀ ਦਿਓ 10,000 ਰੁਪਇਆ ਜਿੱਡਾ ਵੱਡਾ ਓਡਾ ਵੱਡਾ ਹੀ ਉਹਦਾ ਖਾਣ ਦਾ ਮੂੰਹ ਵੀ ਓਡਾ ਹੀ ਆ ਬਾਈ ਜਿਵੇਂ ਇਹਦੇ ਕੋਲ ਕਿਸੇ ਟਾਈਮ ਸਮਾਨ ਹੁੰਦਾ ਸੀ ਤਾਂ ਇਹ 4-4, 5-5 ਗ੍ਰਾਮ ਵੀ ਲਾਉਂਦਾ ਰਿਹਾ ਕਿਸੇ ਟਾਈਮ ਨਹੀਂ ਸੀਗਾ ਤੇ 30 ਗ੍ਰਾਮ ਨਾਲ ਵੀ ਸਾਰੇ ਉਹ ਬੰਦੇ ਦੇ ਬਾਈ ਆਪਦੀ ਮਾਂ ਦੇ ਨੀਲ ਪਾਏ ਪਏ ਆਪਦੇ ਸਿਰ ਦਾ ਬਾਪੂ ਦਾ ਜੂੜਾ ਨਾ ਅੱਧਿਓਂ ਵੱਧ ਪੱਟਿਆ ਹੋਇਆ ਦਾੜੀ ਇੱਕ ਪਾਸੇ ਦੀ ਐਂ ਵੱਡੀ ਹੋਈ ਖਿੱਚ ਕੇ ਪਿਓ ਦਿਖਾਵੇ ਲਿਫਾਫੇ 'ਚ ਪਾਈ ਫਿਰੇ ਦਾੜੀ ਵੀ ਤੇ ਕੇਸ ਵੀ ਆਪਦੇ ਤੇ ਮਾਂ ਦਿਖਾਵੇ ਕੱਪੜੇ ਸਲਵਾਰ ਚੱਕ ਕੇ ਕਿਤੇ ਇੱਧਰ ਨੀਲ ਪਏ ਹੋਏ ਟੂਹੀ ਜਾਂਦੇ ਕਹਿੰਦੀ ਪੁੱਤ ਅਸੀਂ ਅੰਦਰ ਵੜ ਕੇ ਕੁੱਟ ਖਾ ਲੈਂਦੇ ਹਾਂ ਤੂੰ ਵੀ ਕੁੱਟ ਲਾ ਬਾਹਰ ਨਾ ਰੌਲਾ ਪਾ ਵਿਆਹ ਮਹੀਨਾ ਵੀ ਨਹੀਂ ਰਹੀ ਇੱਕ ਕੁੜੀਆਂ ਦੀ ਜ਼ਿੰਦਗੀ ਖਰਾਬ ਕਰਨ ਦਾ ਬੜਾ ਰਿਵਾਜ਼ ਚੱਲਿਆ ਹੋਇਆ ਜਿਹਦਾ ਪੁੱਤ ਨਸ਼ੇ 'ਤੇ ਲੱਗ ਗਿਆ ਨਾ ਉਹ ਕਹਿੰਦਾ ਚੱਲ ਵਿਆਹ ਦੁੱਖ ਨਹੀਂ ਸੁਧਰ ਹੀ ਜਾਊਗਾ ਉਹ ਨਾਲ ਇੱਕ ਹੋਰ ਘਰ ਖਰਾਬ ਕਰ ਦਿੰਦੇ ਤੇ ਬਾਈ ਇਹ ਜ਼ਿੰਦਗੀ ਆ ਨਾ ਜਿਹੜੀ ਇਹ ਮੈਨੂੰ ਨਹੀਂ ਲੱਗਦਾ ਸੀਗਾ ਵੀ ਸਾਡੇ ਦਾਦੇ ਪੜਦਾਦੇ ਸਾਡੇ ਵੱਡੇ ਵਡੇਰਿਆਂ ਨੇ ਵੀ ਨਹੀਂ ਦੇਖੀ ਬਾਈ ਮੁਗਲਾਂ ਦੇ ਸਮੇਂ ਦੱਸਦੇ ਆ ਵੀ ਕਹਿੰਦੇ ਕਲੇਜੇ ਵੱਢ ਵੱਢ ਕੇ ਟੁਕੜੇ ਕਰਕੇ ਮਾਵਾਂ ਦੇ ਮੂੰਹ 'ਚ ਪਾਏ ਇਹਦੇ ਨਾਲੋਂ ਬਾਈ ਉਹ ਵੀ ਸੌਖਾ ਸੀ ਮੇਰੇ ਹਿਸਾਬ ਨਾਲ ਆਹ ਜਿਹੜਾ ਆਪਦੇ ਮੂਹਰੇ ਮਰਨਾ ਕਲੇਜੇ ਨੇ ਟੁਕੜੇ ਨੇ ਧੀ ਚਿੱਟਾ ਲਾਉਂਦੀ ਹੈ ਕਿਸੇ ਦੀ ਮਾਂ ਚਿੱਟਾ ਲਾਉਂਦੀ ਹੈ ਕਿਸੇ ਦਾ ਪੁੱਤ ਲਾਉਂਦਾ ਕਿਸੇ ਦਾ ਪਿਓ ਲਾਉਂਦਾ ਬਾਈ ਸਾਨੂੰ ਹੁਣ ਨਸਲ ਕੁਛ ਸਾਡੀ ਅਸਲ ਹੋਈ ਹੈ ਕਿਉਂਕਿ ਉਵੇਂ ਨਹੀਂ ਮਰੇ ਸੀ ਅਸੀਂ ਹੁਣ ਤੱਕ ਆਹ ਚੀਜ਼ ਨੇ ਸਾਨੂੰ ਖੁਦ ਹੀ ਮਾਰਤਾ ਬਾਈ ਅਸੀਂ ਆਪ ਮੌਤ ਵੱਲ ਨੂੰ ਜਿਹੜੇ ਬੱਚੇ ਆ ਉਹ ਬਾਹਰ ਨੂੰ ਭੱਜੀ ਜਾਂਦੇ ਹਾਂ ਅਸੀਂ ਬਾਹਰ ਇਸ ਤੋਂ ਵੀ ਜ਼ਿਆਦਾ ਬੱਚੇ ਤਾਂ ਪਰ ਉੱਥੇ ਇਕੱਲਾ ਮਾਂ ਨੂੰ ਇਹ ਤਾਂ ਹੈ ਮਾਂ ਪਿਓ ਨੂੰ ਵੀ ਮੇਰਾ ਪੁੱਤ ਬਾਹਰ ਚਲੇ ਜਾਊ ਚਲੋ ਇੱਥੋਂ ਵਾਲੇ ਤੋਂ ਬਚੂਗਾ ਕਿਉਂਕਿ ਅੱਖਾਂ ਦੇ ਸਾਹਮਣੇ ਮਰਦਾ ਦੇਖਿਆ ਨਹੀਂ ਜਾਂਦਾ ਬਾਈ ਵੀ ਤੁਸੀਂ ਵੀ ਪਿੰਡ 'ਚ ਕੋਈ ਉਪਰਾਲੇ ਕਰੋ ਯਾਰ ਜਿਵੇਂ ਤੁਸੀਂ ਦੱਸਦੇ ਹੋ ਕੀਤਾ ਤੁਸੀਂ ਹੈ ਨਾ ਹੋਰ ਕਰੋ ਵੱਧ ਕੇ ਇਹਨਾਂ ਦੀ ਜ਼ਿੰਦਗੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਲੋਕਾਂ ਨੂੰ ਜਿਹੜੇ ਲੋਕ ਇੱਥੇ ਜਸਪ੍ਰੀਤ ਇੱਥੇ ਆ ਰਹੇ ਪੁੱਤ ਜਿਹੜੇ ਲੋਕ ਇਹ ਕਹਿੰਦੇ ਆ ਵੀ ਇਹਨਾਂ ਨਾਲ ਐਂ ਹੋਣੀ ਚਾਹੀਦੀ ਇਹਨਾਂ ਨੂੰ ਲੈ ਕੇ ਨਾ ਜਾਇਓ ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਬਾਈ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਆਪਾਂ ਮਾਹੌਲ ਨੂੰ ਬਦਲਣਾ ਫਿਰ ਤਾਂ ਬਾਈ ਇਹਨਾਂ ਨੂੰ ਸੁਧਰਨਾ ਚਾਹੀਦਾ ਜੇ ਇਹ ਸੁਧਰਨਗੇ ਨਾ ਜੇ ਇਹਨਾਂ ਦੇ ਮਨ ਦੇ ਵਿੱਚ ਮੋੜਾ ਪਿਆ ਤਾਂ ਹੋਰਾਂ ਦੇ ਮਾਵਾਂ ਦੇ ਪੁੱਤ ਵੀ ਪਿੱਛੇ ਨੂੰ ਮੁੜਨਗੇ ਤੇ ਅੱਜ ਅਸੀਂ ਨਗਰ ਮਹਿਰਾਜ ਦੇ ਮੋਹਤਵਾਰ ਖੜੇ ਨੇ ਇੱਥੇ ਵੀਰ ਸਾਰੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਰਾਜੂ ਫੋਟੋਗ੍ਰਾਫਰ ਵੀਰ ਨੂੰ ਆਪਣੇ ਨਾਲ ਲੈ ਕੇ ਚੱਲੇ ਸੁਪਨਿਆਂ ਦੇ ਘਰ ਉਹਦਾ ਬੇਟਾ ਜਸਪ੍ਰੀਤ ਸਿੰਘ ਸਿੱਧੂ ਸਾਹਿਬ ਸਾਡੇ ਜੇ ਇਹ ਆਪਣੀ ਜ਼ਿੰਦਗੀ ਨੂੰ ਬਦਲ ਸਕਣ ਬਾਕੀ ਕੰਮ ਤਾਂ ਉਹਨੇ ਕਰਨਾ ਉੱਪਰ ਵਾਲੇ ਨੇ ਗੱਲ ਕਰਮਾਂ ਦੀ ਆ ਕਰਮ ਹੀ ਭੋਗ ਰਹੇ ਨੇ
ਜੇ ਕਰਮਾਂ ਚ ਅੱਗੋਂ ਵੀ ਲਿਖਿਆ ਹੋਇਆ ਕੁਛ ਹੋਰ ਧੱਕੇ ਖਾਣੇ ਉਹਨੂੰ ਕੋਈ ਬਦਲ ਨਹੀਂ ਸਕਦਾ ਤੇ ਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅਸੀਂ ਆਪਣੇ ਵੱਲੋਂ ਪੂਰੀ ਸ਼ਿੱਦਤ ਨਾਲ ਇਹਨਾਂ ਦੀ ਜ਼ਿੰਦਗੀ ਨੂੰ ਬਦਲਣ ਦੇ ਵਾਸਤੇ ਕੋਸ਼ਿਸ਼ ਕਰਾਂਗੇ ਮਹਾਰਾਜ ਕਿਰਪਾ ਕਰਨ ਇਹ ਨਸ਼ਾ ਛੱਡ ਕੇ ਆਪਣੀ ਇੱਕ ਬਿਹਤਰ ਜ਼ਿੰਦਗੀ ਬਣਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਆ ਜਾਓ ਬਾਈ ਜੀ ਉੱਥੇ ਆ ਜਾਓ ਕੋਈ ਨਾ ਬਣਾ ਲਾ ਵੀਡੀਓ ਫੜਾ ਦੇ ਉਹਨੂੰ ਫੋਨ ਵੀਡੀਓ ਬਣਾ ਦਿੰਦਾ ਵੀਡੀਓ ਬਣਾਉਣੀ ਆ ਨਾ ਇਹਦਾ ਫੋਨ ਆ ਜਾਂਦਾ ਸੀ ਕਿੰਨੀ ਜ਼ਿਆਦਾ ਸਮੈਲ ਆ ਰਹੀ ਹੈ ਰੱਜੂ ਤੈਨੂੰ ਤਾਂ ਆਉਣੀ ਹਟ ਗਈ ਸਮੈਲ ਹੈ ਨਾ ਥੱਲੇ ਨੂੰ ਵੀ ਚਾਨਣ ਮਾਰ ਦਿਓ ਪੁੱਤ ਮਾੜਾ ਜਿਹਾ ਇੱਕ ਬਾਈ ਹੋਰ ਵੀ ਇਹ ਪਿੰਡ ਤੁਹਾਨੂੰ ਬੇਨਤੀ ਹੈ ਬਾਈ ਦੇਖ ਕੇ ਕੀਮਤੀ ਤੁਸੀਂ ਬਾਈ ਇਹਦੇ ਦੇਖੋ ਰਿਸ਼ਤੇਦਾਰ ਇਹਨਾਂ ਦੇ ਤੁਸੀਂ ਹੋਈ ਆ ਹੁਣ ਮਗਰ ਕਿਹੜਾ ਰੱਖਣਾ ਤੁਸੀਂ ਯਾਰ ਜਦੋਂ ਵੀ ਤੁਸੀਂ ਲੁਧਿਆਣੇ ਆਉਂਦੇ ਹੀ ਜਾਂਦੇ ਰਹਿੰਦੇ ਆਪਾਂ ਕੰਮ ਕਾਰਾਂ ਨੂੰ ਉਧਰ ਨੂੰ ਮਾਰਦੇ ਲੈਟ ਪੁੱਤ ਉਧਰ ਨੂੰ ਮਾਰਦੇ ਲੈਟ ਪੁੱਤ ਹੁਣ ਹਾਂ ਬਸ ਠੀਕ ਆ ਠੀਕ ਆ ਕੱਟ ਦੇ ਪੁੱਤ ਵੀਡੀਓ ਨੂੰ ਬੰਦ ਕਰ ਦੇ ਸ਼ੇਅਰ ਕਰ ਦਿਓ ਜੀ ਜੇ ਪੰਜਾਬ ਦਾ ਦਰਦ ਆ ਸ਼ਾਇਦ ਕੋਈ ਹੋਰ ਵੇਚਣ ਵਾਲਾ ਇਸ ਗੱਲ ਨੂੰ ਸਮਝ ਸਕੇ ਵੀ ਇਹ ਨਸ਼ਾ ਚ ਵੇਚਣਾ ਤੇ ਪੀਣਾ ਮਾੜਾ ਹੀ ਮਾੜਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ